कि जिहड़ी गोली सी बैबल कलां दे विच चलाउण दे आदेश उह डी जी पी सुमेह सैणी ते आई जी परमा राज उमरा नंगल जी दोनों की साजिश। तो इस बयान तो थोनू की लगता है कि हुण सीधे तौर पर कि उदों की सरकार से भी सवाल पूछे जा सकते हैं? ਸਾਡੇ ਨਾਲ ਇਸ ਮੌਕੇ ਮੌਜੂਦ ਨੇ ਜੀ ਆਮ ਆਦਮੀ ਪਾਰਟੀ ਦੇ ਯਾਨੀ ਕਿ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ। ਚੀਮਾ ਸਾਹਿਬ ਸਵਾਗਤ ਹੈ ਜੀ, ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਚੀਮਾ ਸਾਹਿਬ ਕਾਫੀ ਕੁਛ ਹੈ ਜੀ ਅੱਜ ਗੱਲਾਂ ਕਰਨ ਦੇ ਲਈ, ਕਿਉਂਕਿ ਨਾਭੇ ਵੀ ਜੋ ਕੁਛ ਤੁਹਾਡੀ ਪਾਰਟੀ ਦੇ ਵਰਕਰਾਂ ਦੇ ਨਾਲ ਹੋਇਆ ਉਸ ਤੇ ਵੀ ਗੱਲਬਾਤ ਕਰਨ ਦੇ ਲਈ ਕਾਫੀ ਜਿਹੜੀਆਂ ਗੱਲਾਂ ਨੇ, ਤੇ ਲੇਕਿਨ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਇਹ ਪੱਖ ਜਾਣਨਾ ਚਾਹੁੰਦੇ ਹਾਂ ਕਿ ਜੋ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਿਆਨ ਅਦਾਲਤ ਦੇ ਵਿੱਚ ਦਿੱਤਾ ਕਿ ਜਿਹੜੀ ਗੋਲੀ ਸੀ ਬਾਈਬਲ ਕਲਾਂ ਦੇ ਵਿੱਚ ਚਲਾਉਣ ਦੇ ਆਦੇਸ਼ ਉਹ ਡੀ ਜੀ ਪੀ ਸੁਮੇਹ ਸੈਣੀ ਅਤੇ ਆਈ ਜੀ ਪਰਮਾ ਰਾਜ ਉਮਰਾ ਨੰਗਲ ਦੀ ਦੋਨਾਂ ਦੀ ਸਾਜਿਸ਼ ਸੀ, ਅਤੇ ਇਸ ਬਿਆਨ ਤੋਂ ਤੁਹਾਨੂੰ ਕੀ ਲੱਗਦਾ ਕਿ ਹੁਣ ਸਿੱਧੇ ਤੌਰ 'ਤੇ ਕੀ ਉਦੋਂ ਦੀ ਸਰਕਾਰ 'ਤੇ ਵੀ ਸਵਾਲ ਪੁੱਛੇ ਜਾ ਸਕਦੇ ਆ? ਬਿਲਕੁਲ, ਉਸ ਸਮੇਂ ਜਿਹੜਾ ਪੰਜਾਬ ਦਾ ਹੋਮ ਮਿਨਿਸਟਰ ਸੀਗਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਸੀਗਾ ਜੀ। ਸੁਖਵੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਸੁਮੇਧ ਸੈਣੀ ਜੀ, ਉਮਰਾ ਨੰਗਲ ਜੀ ਰਾਤ ਨੂੰ 3 ਵਜੇ 2 ਵਜੇ ਗੱਲ ਕਰ ਰਹੇ ਨੇ ਕਿ ਧਰਨਾ ਲੱਗਿਆ ਹੋਇਆ। ਇਹ ਗੱਲ ਜੇ 2-3 ਵਜੇ ਕਰ ਰਹੇ ਨੇ ਕਿਉਂਕਿ ਰੂਟੀਨ 'ਚ ਧਰਨੇ ਲੱਗੇ ਹੁੰਦੇ ਨੇ ਪੂਰੇ ਪੰਜਾਬ 'ਚ, ਪਰ ਲੇਕਿਨ ਕਦੇ ਨੀ ਹੋਇਆ ਕਿ ਰਾਤ ਨੂੰ ਏਡੇ ਵੱਡੇ ਅਹਿਮ ਆਫਿਸਰ ਸੀ ਐਮ ਜਿਹੜਾ ਹੈਗਾ ਆਪਦੇ ਨਾਲ ਟੈਲੀਫੋਨ ਤੇ ਗੱਲਬਾਤ ਕਰਦੇ ਹੋਣ, ਕਿਉਂਕਿ ਉਸ ਵੇਲੇ ਸਾਜਿਸ਼ ਰਚੀ ਗਈ। ਕਿਉਂਕਿ ਅਕਾਲੀ ਦਲ ਦਾ ਇੱਕ ਖਾਸਾ ਰਿਹਾ ਹੈਗਾ, ਅਕਾਲੀ ਦਲ ਦਾ ਇੱਕ ਇਤਿਹਾਸ ਰਿਹਾ ਹੈਗਾ ਕਿ ਜਦੋਂ ਸੱਤਾ 'ਚ ਆਇਆ ਗਾ ਤਾਂ ਇਹਨੇ ਆਪਣਿਆਂ ਨਾਲ ਹੀ ਧਰੋਹ ਕਮਾਇਆ ਗਾ। 1986 ਦੇ ਵਿੱਚ ਜਦੋਂ ਨਕੋਦਰ ਦੇ ਵਿੱਚ 5 ਪਵਿੱਤਰ ਬੀੜਾਂ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕੀਤਾ ਗਿਆ ਜੀ, ਤਾਂ ਉਸ ਸਮੇਂ ਵੀ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਉਸ ਸਮੇਂ ਜਿਹੜਾ ਹੈਗਾ ਉੱਥੇ ਜਿਹੜਾ ਡਿਪਟੀ ਕਮਿਸ਼ਨਰ ਸੀ ਉਹ ਦਰਬਾਰਾ ਸਿੰਘ ਗੁਰੂ ਸੀਗਾ, ਐਡੀਸ਼ਨਲ ਡਿਪਟੀ ਕਮਿਸ਼ਨਰ। ਉੱਥੇ ਜਿਹੜਾ ਐਸ ਐਸ ਪੀ ਸੀਗਾ ਉਹ ਇਜ਼ਹਾਰ ਆਲਮ ਸੀਗਾ, ਔਰ ਉੱਥੇ ਧਰਨਾ ਦੇ ਰਹੇ 4 ਨੌਜਵਾਨਾਂ ਨੂੰ ਮਾਰਿਆ ਸੀਗਾ, 4 ਨੌਜਵਾਨਾਂ ਨੂੰ ਮਾਰਿਆ ਸੀਗਾ। ਤੁਸੀਂ ਹੈਰਾਨ ਹੋਵੋਗੇ ਕਿ 1986 ਤੋਂ ਲੈ ਕੇ ਹੁਣ ਤੱਕ ਕਿਸੇ ਦੋਸ਼ੀ ਨੂੰ ਸਜ਼ਾ ਤੱਕ ਨਹੀਂ ਮਿਲੀ, ਐਫ ਆਈ ਆਰ ਤੱਕ ਨਹੀਂ ਹੋਈ। ਜਸਟਿਸ ਗੁਰਨਾਮ ਸਿੰਘ ਜੀ ਜਿਹੜੇ ਸੀ ਉਹਨਾਂ ਦੇ ਕਮਿਸ਼ਨ ਦੀ ਰਿਪੋਰਟ ਦੇ 2 ਪਾਰਟ ਸੀਗੇ, ਇੱਕ ਪਾਰਟ ਜਿਹੜਾ ਮਿਲਿਆ ਗਾ, ਦੂਜਾ ਪਾਰਟ ਜਿਹੜਾ ਹੈਗਾ ਐਕਸ਼ਨ ਸੁਜੈਸਟ ਕੀਤੇ ਗਏ ਸੀ ਉਹ ਪਾਰਟ ਹੀ ਗੁੰਮ ਕਰ ਦਿੱਤਾ ਗਿਆ। ਸੋ ਇਹ ਇਹ ਜਿਹੜੀ ਇਹ ਅਕਾਲੀ ਦਲ ਦਾ ਰਾਜ, ਜਿਹੜਾ ਸੁਖਬੀਰ ਸਿੰਘ ਬਾਦਲ ਦਾ ਦਲ ਆ, ਜਿਹੜਾ ਇਹ ਪ੍ਰਾਈਵੇਟ ਕੰਪਨੀ ਆ, ਹਮੇਸ਼ਾ ਹੀ ਸਿੱਖ ਪੰਥ ਦੇ ਖਿਲਾਫ ਉੱਗਦੇ ਨੇਗੇ, ਉਹਦਾ ਪੋਲੀਟੀਕਲ ਕਰਨ ਦੇ ਨੇਗੇ। ਸੋ ਇਹ ਜਦੋਂ 2015 ਦੇ ਵਿੱਚ ਹੋਇਆ, ਜਦੋਂ ਪੰਜਾਬ ਦੇ ਵਿੱਚ ਪੂਰੀਆਂ ਕਿਸਾਨ ਜਥੇਬੰਦੀਆਂ ਬੀ ਟੀ ਕਾਟਨ ਦਾ ਹਿਸਾਬ ਮੰਗਦੀਆਂ ਸੀਗੀਆਂ, ਜਦੋਂ ਧਰਨੇ ਹੋ ਰਹੇ ਸੀ ਪੂਰਾ, ਮੈਂ ਦੇਖਿਆ ਉਸ ਸਮੇਂ, ਮੇਰੇ ਯਾਦ ਆ ਕਿਸ ਤਰ੍ਹਾਂ ਫਿਰੋਜ਼ਪੁਰ, ਬਠਿੰਡਾ, ਕਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ, ਕਿਸ ਤਰ੍ਹਾਂ ਜਿਹੜਾ ਹੈਗਾ ਮਾਨਸਾ ਦੇ ਵਿੱਚ, ਸੰਗਰੂਰ ਦੇ ਵਿੱਚ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਮੁਜ਼ਾਹਰੇ ਕਿਸਾਨ ਜਥੇਬੰਦੀਆਂ ਪਰ ਕਿਸਾਨ ਆਗੂ ਕਰ ਰਹੇ ਸੀ। ਸੋ ਉਦੋਂ ਤੁਰੰਤ ਧਿਆਨ ਡਾਇਵਰਟ ਕਰਨ ਲਈ ਲੋਕਾਂ ਦਾ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾਂ ਨੇ ਕਰਵਾਈ। ਸੋ ਜਿਹੜੀ ਆ ਜਾਂਚ ਜਾ ਰਹੀ ਹੈ ਬਿਲਕੁਲ ਸਹੀ ਤਰੀਕੇ ਨਾਲ ਜਾ ਰਹੀ ਹੈ, ਪਰ ਲੇਕਿਨ ਮੈਂ ਗੱਲ ਜ਼ਰੂਰ ਕਹਿਣਾ ਚਾਹੁੰਦਾ ਗਾ ਜਾਂਚ ਜਿਹੜੀ ਆ ਬੜੀ ਜਲਦੀ ਮੁਕੰਮਲ ਹੋਣੀ ਚਾਹੀਦੀ ਆ। ਇਹ ਜਾਂਚ ਨੂੰ ਲੰਬਾ ਨਹੀਂ ਖਿੱਚਿਆ ਜਾਣਾ ਚਾਹੀਦਾ, ਜੇਕਰ ਲੰਬਾ ਖਿੱਚ ਲਿਆ ਤਾਂ ਮੈਨੂੰ ਇਹ ਲੱਗਦਾ ਕਿਤੇ ਕਿਤੇ ਦੋਸ਼ੀਆਂ ਨੂੰ ਬਚਾਉਣ ਦੀ ਕਵਾਇਤ ਹੋਊਗੀ, ਕਿਉਂਕਿ ਗਵਾਹੀ ਆ ਜਿਹੜੀ ਜਿਹੜੀ ਗਵਾਹੀ ਆ ਜੇ ਸਮੇਂ ਸਿਰ ਅਦਾਲਤ 'ਚ ਨਾ ਜਾਵੇ ਤਾਂ ਉਹਦਾ ਕਿਤੇ ਨਾ ਕਿਤੇ ਪ੍ਰਭਾਵ ਘੱਟ ਜਾਂਦਾ ਗਾ, ਕਿਉਂਕਿ ਜਸਟਿਸ ਡਿਲੇ ਜਸਟਿਸ ਡਿਨਾਈਡ ਹੋ ਜਾਂਦਾ ਜੀ, ਤੁਸੀਂ ਗੱਲ ਨਹੀਂ ਸੁਣਦੇ। ਸੋ ਮੈਂ ਬਾਰ ਬਾਰ ਮੈਂ ਪਹਿਲਾਂ ਵੀ ਵਿਧਾਨ ਸਭਾ ਦੇ ਅੰਦਰ ਵੀ ਇਹ ਕਿਹਾ ਸੀਗਾ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਟੇਬਲ ਹੋਈ ਸੀਗੀ ਜੀ, ਵੀ ਇਸ ਜਾਂਚ ਨੂੰ 3 ਮਹੀਨੇ 'ਚ ਮੁਕੰਮਲ ਕਰਨਾ ਚਾਹੀਦਾ, ਔਰ ਸਪੈਸ਼ਲ ਕੋਰਟ ਜਿਹੜੀ ਆ ਹਾਈ ਕੋਰਟ ਤੋਂ ਲਿਖ ਕੇ ਪੰਜਾਬ ਦੀ ਮਾਨਯੋਗ ਅਦਾਲਤ ਨੂੰ ਲਿਖ ਕੇ ਕਿਹਾ ਜਾਵੇ ਕਿ ਇਸ ਲਈ ਸਪੈਸ਼ਲ ਕੋਰਟ ਬੁਲਾਈ ਜਾਵੇ, ਸਪੈਸ਼ਲ ਜਿਹੜਾ ਜੱਜ ਆ ਉਹਦੀ ਅਪਾਇੰਟਮੈਂਟ ਹੋਵੇ। ਸੋ ਤਾਂ ਜਾ ਕੇ 3 ਮਹੀਨੇ 'ਚ ਟ੍ਰਾਇਲ ਮੁਕੰਮਲ ਹੋਵੇ, ਤਾਂ ਜਾ ਕੇ ਪੰਜਾਬ ਨੂੰ, ਪੰਜਾਬੀਆਂ ਦੇ ਹਿਰਦਿਆਂ ਨੂੰ ਠੰਡ ਮਿਲ ਸਕਦੀ ਹੈ, ਤਾਂ ਜਾ ਕੇ ਉਹਨਾਂ ਦੇ ਜ਼ਖਮਾਂ 'ਤੇ ਮੱਲਮ ਲੱਗ ਸਕਦੀ ਆ। ਜੇਕਰ ਲੰਬਾ ਖਿੱਚਿਆ ਤਾਂ ਮੈਂ ਸਮਝਦਾ ਕਿਤੇ ਨਾ ਕਿਤੇ ਦੋਸ਼ੀਆਂ ਨੂੰ ਜਿਹੜੀ ਹੈਗਾ ਬਚਾਉਣ ਦੀ ਕਵਾਇਤ ਹੋਊਗੀ। ਸੋ ਜਿਹੜੀ ਸਿੱਟ ਆ ਉਹ ਕਾਫੀ ਹੱਦ ਤੱਕ ਜਿਹੜੀ ਆ ਇਸ ਸਮੇਂ ਠੀਕ ਕੰਮ ਕਰ ਰਹੀ ਆ, ਪਰ ਲੇਕਿਨ ਉਹਨੂੰ ਤੇਜ਼ ਹੋਣ ਦੀ ਲੋੜ ਆ, ਤੇਜ਼ ਹੋ ਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਲੋੜ ਆ। ਤੁਸੀਂ ਦੇਖੋ ਕਿ ਹੁਣ ਕੀ ਹੋਇਆ,
ਹੁਣ ਪਟਿਆਲਾ ਦੇ ਵਿੱਚ ਕਲਿਆਣ ਦੇ ਵਿੱਚ ਇੱਕ ਪਾਵਨ ਸਰੂਪ ਨੂੰ ਗੁੰਮ ਕਰ ਦਿੱਤਾ ਗਿਆ ਜੀ। ਜਿਸ ਤਰ੍ਹਾਂ ਬੁਰਜ ਜਵਾਹਰ ਸਿੰਘ ਵਾਲਾ ਚ ਹੋਇਆ ਸੀਗਾ ਜੇ ਆਪਾਂ ਇਤਿਹਾਸ ਜਾਈਏ ਪਿੱਛੇ ਤਾਂ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਸੇਮ ਡਿਜ਼ਾਈਨ ਸੀ, ਉਹੀ ਡਿਜ਼ਾਈਨ ਕਲਿਆਣ ਚ ਹੈਗਾ, ਉਸੇ ਤਰੀਕੇ ਨਾਲ ਹੋਇਆਗਾ। ਸੋ ਇਹ ਇਹ ਜਿਹੜੀ ਚਾਹੇ ਉਹ ਅਕਾਲੀ ਦਲ ਆ ਚਾਹੇ ਉਹ ਕਾਂਗਰਸ ਆ, ਇਹ ਇਹ ਸਮਝਦੇ ਨੇ ਕਿ ਅਸੀਂ ਮਤਲਬ ਲੋਕਾਂ ਦੇ ਧਾਰਮਿਕ ਜਿਹੜੇ ਵਿਸ਼ਵਾਸ ਆ ਉਹਨੂੰ ਤੋੜ ਕੇ आग्या दे सकदा कि जाओ जी जिहड़े शांतमई प्रोटेस्ट कर रहे लोग गोली चला दिओ जे नहीं उठदे। देखो ये हो ही नहीं सकता कि होम मिनिस्टर नूं पता ना होवे जी, ਐਡਾ ਵੱਡਾ ਜਿਹੜਾ ਹੈਗਾ ਮਤਲਬ ਪ੍ਰੋਟੈਸਟ ਚੱਲ ਰਿਹਾ ਹੋਵੇ, ਗੋਲੀਆਂ ਜਾ ਕੇ ਸ਼ਰਿਆਂ ਮਾਰਨੀਆਂ ਨਹੀਂ ਤਾਂ ਵਾਰਨਿੰਗ ਦਿੱਤੀ ਜਾਂਦੀ ਆ, ਬਹੁਤ ਕੁਛ ਹੁੰਦਾ ਹੈਗਾ, ਬਹੁਤ ਨਾ ਹੀ ਉਹ ਜਿਹੜੀ ਜਿਹੜੀ ਉਸ ਸਮੇਂ ਜਿਹੜੇ ਲੋਕ ਧਰਨਾ ਦੇ ਰਹੇ ਸੀ, ਜਿਹੜੇ ਵਿਅਕਤੀ ਉੱਥੇ ਬੈਠੇ ਸੀਗੇ, ਇਨਸਾਫ ਸਭ ਲੋਕ ਬੈਠੇ ਸੀਗੇ, ਉਹ ਤਾਂ ਉਹਨਾਂ ਕੋਲ ਨਾ ਤਾਂ ਕੋਈ ਹਥਿਆਰ ਸੀ ਕਿਸੇ ਕੋਲੇ, ਨਾ ਹੀ ਉਹਨੇ ਪੁਲਿਸ ਤੇ ਕੋਈ ਹਮਲਾ ਕੀਤਾ ਸੀਗਾ, ਉਹ ਤਾਂ ਸ਼ਾਂਤਮਈ ਜਿਹੜੀਆਂ ਸੰਗਤਾਂ ਸੀਆਂ ਉਹ ਤਾਂ ਜਿਹੜਾ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੀ ਬੈਠੀਆਂ। ਸੋ ਉਹਨਾਂ ਤੇ ਹਮਲਾ ਕਰਨਾ ਇੱਕ ਬੜੀ ਸਾਜ਼ਿਸ਼ ਸੀਗੀ ਕਿ ਪੰਜਾਬ ਦੇ ਮਾਹੌਲ ਨੂੰ ਵਿਗਾੜੋ, ਜਿਵੇਂ ਪਹਿਲਾਂ ਵਿਗਾੜਿਆ ਵਿਗਾੜੋ ਤੇ ਆਪਦਾ ਰਾਜ ਕਰੋ ਜੀ ਜੀ। ਅੱਛਾ ਸੋ ਇਹ ਜਿਹੜਾ ਅਕਾਲੀ ਦਲ ਆ ਨਾ, ਅਕਾਲੀ ਦਲ ਤਾਂ ਹਮੇਸ਼ਾ ਹੀ ਪੰਥਕ ਕਹਾਉਂਦਾ ਪੰਥਕ ਆ, ਪਰ ਭੁਗਤਦਾ ਹਮੇਸ਼ਾ ਪੰਥ ਦੇ ਖਿਲਾਫ ਆ ਜੀ। ਚੀਮਾ ਸਾਹਿਬ ਕੱਲ ਜਿਵੇਂ ਤੁਹਾਡੇ ਨਾਭਾ ਦੇ ਵਿੱਚ ਵਰਕਰਾਂ ਨੂੰ ਚੁੱਕਿਆ ਗਿਆ, ਤੁਸੀਂ ਖੁਦ ਵੀ ਕੱਲ ਨਾਭਾ ਦੇ ਵਿੱਚ ਗਏ ਹੋ ਤੇ ਕੀ ਸਮਝਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਜ਼ਬਰਦਸਤੀ ਚੱਕੇ ਗਏ ਨੇ ਵਰਕਰ, ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾ ਰਿਹਾ, ਕੀ ਸਮਝਦੇ ਹੋ ਤੁਸੀਂ ਕਿ ਹੁਣ ਸਰਕਾਰ ਸਿੱਧੇ ਤੌਰ 'ਤੇ ਹੁਣ ਦਖਲ ਦੇ ਰਹੀ ਹੈ ਪੁਲਿਸ ਦੇ ਜ਼ਰੀਏ ਤੇ ਕਰੋਨਾ ਦੀ ਆੜ ਦੇ ਵਿੱਚ ਕੀ ਵੀ ਇਹ ਪ੍ਰੋਟੈਸਟ ਨਾ ਕੀਤੇ ਜਾਣ? ਦੇਖੋ ਕਰੋਨਾ ਦੀ ਆੜ ਦੇ ਵਿੱਚ ਪੰਜਾਬ ਵਿੱਚ ਮਾਫੀਆ ਰਾਜ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈਗਾ, ਹੋਰ ਅੱਗੇ ਵਧਾਇਆ ਜਾ ਰਿਹਾ ਹੈਗਾ। ਤੁਸੀਂ ਦੇਖੋ ਕਿ ਕਰੋਨਾ ਦੇ ਸਮੇਂ ਦੌਰਾਨ 128 ਮੌਤਾਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ, ਚਲਾਨ ਪੇਸ਼ ਹੋ ਗਿਆ ਇੱਕ ਸਿੰਗਲ 'ਚ ਵੀ, ਸਿੰਗਲ 'ਚ ਹਜੇ ਤੱਕ ਚਲਾਨ ਨਹੀਂ ਪੇਸ਼ ਕਰਦੇ ਸਿੰਗਲ ਕੇਸ ਦੇ ਵਿੱਚ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਰੇਤ ਮਾਫੀਆ, ਤੁਸੀਂ ਤੁਸੀਂ ਆਪਣੇ ਕੈਮਰੇ ਲੈ ਕੇ ਜਿੱਥੇ ਵੀ ਰੇਤ ਜਿਹੜਾ ਹੈਗਾ ਨਿਕਲਦਾ ਹੈਗਾ ਉੱਥੇ ਪਹੁੰਚੋ, ਜਦਕਿ ਐਨਜੀਟੀ ਨੇ ਪੰਜਾਬ ਸਰਕਾਰ ਨੇ ਸਟੈਂਡਿੰਗ ਆਰਡਰ ਦੇਗੇ ਜਾਂ 3 ਮਹੀਨਿਆਂ ਦੌਰਾਨ ਜਦੋਂ ਬਾਰਿਸ਼ ਦਾ ਪੀਰੀਅਡ ਆ ਉਸ ਸਮੇਂ ਮਾਈਨਿੰਗ ਨਹੀਂ ਹੋ ਸਕਦੀ, ਉੱਥੇ ਉਸ ਸਮੇਂ ਰੇਤਾਬਾਜ਼ੀ ਨਹੀਂ ਨਿਕਲਦਾ, ਬਿਲਕੁਲ ਨਹੀਂ ਨਿਕਲ ਸਕਦਾ ਜੀ, ਪਰ ਲੇਕਿਨ ਉੱਥੇ ਰੇਤਾਬਾਜ਼ੀ ਚੱਲ ਰਹੀ ਹੈ। ਸੋ ਇਹ ਸਾਰਾ ਕੁਛ ਜਿਹੜਾ ਹੈਗਾ ਕਰੋਨਾ ਦੀ ਆੜ ਥੱਲੇ ਪੰਜਾਬ ਵਿੱਚ ਗੋਰਖ ਧੰਦਾ ਚਲਾਇਆ ਜਾ ਰਿਹਾ, ਇਹ ਸਾਰਾ ਕੁਛ ਜਿਹੜਾ ਇਹਦਾ ਮਾਸਟਰ ਮਾਈਂਡ ਕੌਣ ਸੀਗਾ? ਸੁਖਬੀਰ ਸਿੰਘ ਬਾਦਲ, ਉਹਨੇ ਤਿਆਰ ਕੀਤਾ ਸੀ ਕਿ ਪੰਜਾਬ ਨੂੰ ਕਿਵੇਂ ਲੁੱਟੀਏ, ਔਰ ਕੈਪਟਨ ਸਾਹਿਬ ਨੇ ਗੁਪਤਾ ਸਾਹਿਬ ਮੱਥੇ ਨੂੰ ਲਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਸੀਗਾ, ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰਗਾ ਜੀ, ਪੰਜਾਬ ਵਿੱਚ ਨਸ਼ੇ ਦਾ ਲੱਕ ਤੋੜ ਦੂੰਗਾ ਜੀ, ਪੰਜਾਬ ਵਿੱਚੋਂ ਮਾਫੀ ਰਾਜ ਦਾ ਖਾਤਮਾ ਕਰ ਦੂੰਗਾ ਜੀ, ਲੋਕਾਂ ਦਾ ਵਿਸ਼ਵਾਸ ਜਿੱਤ ਲਿਆ, ਕੰਮ ਉਹੀ ਕਰਨੇ ਸ਼ੁਰੂ ਕਰਤੇ, ਉਸੇ ਤਰੀਕੇ ਦੇ ਨਾਲ ਉਸੇ ਸਟਾਈਲ ਦੇ ਨਾਲ ਕੰਮ ਕਰ ਰਿਹਾ ਹੈਗਾ। ਸੋ ਜਿਹੜਾ ਕੱਲ ਦਾ ਧਰਨਾ ਗਾ ਉਹ ਬੜਾ ਅਹਿਮ ਧਰਨਾ ਗਾ, ਤੁਸੀਂ ਪਿਛੋਕੜ ਜਾਓ ਥੋੜਾ ਜਿਹਾ, 2017 ਦੇ ਵਿੱਚ ਜਦੋਂ ਇਲੈਕਸ਼ਨ ਪੰਜਾਬ 'ਚ ਹੋ ਰਹੀ ਸੀ ਤਾਂ ਇਹੀ ਸਾਧੂ ਸਿੰਘ ਧਰਮਸੋਤ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਰਾਜਾ ਅਮਰਿੰਦਰ ਸਿੰਘ ਜੀ, ਸੁਨੀਲ ਜਾਖੜ ਜੀ, ਮਨਪ੍ਰੀਤ ਸਿੰਘ ਬਾਦਲ ਜੀ, ਇਹ ਵੱਡੀਆਂ ਵੱਡੀਆਂ ਬਾਹਾਂ ਲਾ ਕੇ ਸਟੇਜਾਂ ਤੇ ਅਨਾਊਂਸ ਕਰਦੇ ਹੁੰਦੇ ਸੀਗੇ ਤੇ ਜਿਹੜਾ 1200 ਕਰੋੜ ਰੁਪਈਆ ਗਰੀਬ ਵਿਦਿਆਰਥੀਆਂ ਦਾ, ਦਲਿਤ ਵਿਦਿਆਰਥੀਆਂ ਦਾ ਅਕਾਲੀ ਦਲ ਬੀਜੇਪੀ ਸਰਕਾਰ ਖਾ ਗਈ, ਜਦੋਂ ਅਸੀਂ ਆਵਾਂਗੇ ਅਸੀਂ ਉਹ ਵਜ਼ੀਫੇ ਦੀ ਜਿਹੜਾ ਹੈਗਾ ਉਹ ਵੀ ਕੱਢਾਂਗੇ, ਦੋਸ਼ੀਆਂ ਦੇ ਖਿਲਾਫ ਪਰਚੇ ਵੀ ਦਰਜ ਕਰਾਂਗੇ, ਜੇਲ੍ਹ 'ਚ ਵੀ ਡੱਕਾਂਗੇ, ਜਾਣੀ ਸਿਸਟਮ ਤੁਸੀਂ ਕਹਿ ਰਹੇ ਹੋ ਕਿ ਸਿਸਟਮ ਨਹੀਂ ਬਦਲਿਆ, ਕਿ ਸਰਕਾਰਾਂ ਤਾਂ ਬਦਲ ਗਈਆਂ, ਯਾਨੀ ਕਿ ਸਿਸਟਮ ਨਹੀਂ ਬਦਲਿਆ, ਇਹੀ ਬਦਲਣ ਦੀ ਜ਼ਰੂਰਤ ਹੈ। ਮੈਨੂੰ ਯਾਦ ਹੁੰਦਾ, ਮੈਂ ਕੰਪਲੀਟ ਕਰਦਾ ਜੀ ਜੀ, ਜਦੋਂ ਵਿਧਾਨ ਸਭਾ ਸਟਾਰਟ ਹੋਈ ਅਸੀਂ ਤਾਂ ਪਹਿਲੀ ਵਾਰ ਵਿਧਾਇਕ ਬਣੇ ਸੀਗੇ, ਅਸੀਂ ਜਾ ਕੇ ਆਪਣੇ ਸਵਾਲ ਲਾਏ, ਸਭ ਤੋਂ ਜ਼ਿਆਦਾ ਸਵਾਲ ਜਿਹੜੇ ਆਮ ਆਦਮੀ ਪਾਰਟੀ ਨੇ ਲਾਏ ਨੇ ਜੀ, ਅਸੀਂ ਸਾਰੇ ਵਿਧਾਇਕਾਂ ਨੇ ਪੁੱਛਿਆ ਤਾਂ ਉਹ ਸਾਡੇ ਜਵਾਬ ਦਿੰਦੇ ਹੋਏ ਪਹਿਲਾਂ ਸਾਧੂ ਸਿੰਘ ਧਰਮਸੋਤ ਖੜਾ ਹੋਇਆ, ਜਦੋਂ ਉਹ ਤੋਂ ਸਾਨੂੰ ਜਿਹੜਾ ਥੱਲੀ ਨੀ ਸਾਡੀ ਕਰਾ ਸਕਿਆ ਤਾਂ ਫਿਰ ਪੰਜਾਬ ਦਾ ਮੁੱਖ ਮੰਤਰੀ ਰਾਜਾ ਸਾਹਿਬ ਖੜੇ ਹੋ ਗਏ, ਉਹਨਾਂ ਨੇ ਕਿਹਾ ਕਿ ਮੈਂ ਬੜੀ ਜਲਦੀ ਦੋਸ਼ੀਆਂ ਨੂੰ ਫੜੂੰਗਾ, ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਾਂਗੇ, ਵਜ਼ੀਫੇ ਦੇ ਬੱਚਿਆਂ ਨੂੰ ਇਨਸਾਫ਼ ਮਿਲੂਗਾ, ਪਰ ਲੇਕਿਨ 4 ਸਾਲ ਹੋ ਗਏ ਨਾ ਤਾਂ ਆਡਿਟ ਹੋਇਆ 1200 ਕਰੋੜ ਦਾ, ਨਾ ਬੰਦੇ ਫੜੇ ਗਏ, ਨਾ ਪਰਚੇ ਹੋਏ, ਬਲਕਿ ਉਹਨਾਂ ਹੀ ਬੰਦਿਆਂ ਨੂੰ ਡਬਲ ਪੇਮੈਂਟ ਕਰ ਦਿੱਤੀ ਗਈ। ਸੋ 64 ਕਰੋੜ ਰੁਪਏ ਨਵਾਂ ਘਪਲਾ ਗਿਆ, ਕੈਪਟਨ ਸਾਹਿਬ ਕਿਉਂ ਬਚਾ ਰਹੇ? ਜਿਹੜਾ ਜਿਹੜਾ ਐਡੀਸ਼ਨਲ ਚੀਫ ਸੈਕਟਰੀ ਹੈ ਕਿਰਪਾ ਸਿੰਘ ਸਰੋਜ ਜੀ, ਉਹ ਸਾਡਾ ਤਾਂ ਭਾਈ ਲਾਇਆ ਨੀ ਹੋਇਆ, ਸਾਡਾ ਤਾਂ ਕੋਈ ਪੋਲੀਟੀਕਲ ਸਿਸਟਮ ਨੀ ਉਸ ਬੰਦੇ ਦੇ ਨਾਲ, ਸੋ ਉਹਦਾ ਪੰਜਾਬ ਸਰਕਾਰ ਦਾ ਨੁਮਾਇੰਦਾ, ਜੇ ਪੰਜਾਬ ਸਰਕਾਰ ਦੇ ਬੰਦੇ ਨੇ ਇੰਡੀਪੈਂਡੈਂਟਲੀ 31 ਸਫਿਆਂ ਦੀ ਜਿਹੜੀ ਆ
इंक्वायरी रिपोर्ट पेश की जी बार बार बोलिया जाता है कौन कौन अफसर जो इन्वॉल्व ने कि मिनिस्टर साहब इन्वॉल्व ने तो कैप्टन साहब क्यों जरा लुको रहे हैं क्यों बचा रहे हैं तां बचा रहे हैं क्योंकि सारा लुटदा पैसा लुटदा माल राजा साहब के घर जाता गा राजा साहब के ता ही प्राइवेट हाउस रह रहे हैं ता ही वो जो सरकारी निवास में रह रहे हैं क्योंकि लुटदा माल उसे पहुंचना ईजी है ता ही जो चीफ सैकटरी ला के बचा चाहते हैं सो आम आदमी पार्टी बिल्कुल बर्दाश्त नहीं करूगी बिल्कुल जरा गा बैठा नहीं जब तक इस बंदे का जो रिजाइन नहीं कराते गरीब यह होंगे भी कहते किसानों के पैसे खा के ना जी जी बारिश के पैसे खा के किसानों ने बीटी कॉटन के सॉरी बीजा के घोटाला कर लिया रेहां च घोटाला कर लिया साडा हर एक प्रोग्राम देखण ते साडे नाल जुड़न लई सबस्क्राइब करो चैनल पंजाबी ते नोटिफिकेशन लई बेल आइकन वाले बटन ते क्लिक करो।